ਅੱਛਾ ਮੀਆਂ ਸਾਹਿਬ, ਸਾਡੇ ਮੁਆਸ਼ਰੇ ਦੇ ਵਿੱਚ ਨਾ ਡਰਾਈਵਰ ਹਜ਼ਰਾਤ ਬਾਰੇ ਬੜੇ ਗਲਤ ਗਲਤ ਕਮੈਂਟ ਕੀਤੇ ਜਾਂਦੇ ਨੇ। ਹਾਂ, ਡਰਾਈਵਰ ਹਜ਼ਰਾਤ ਨੂੰ ਬੜਾ ਨਾ ਨੈਗੇਟਿਵ ਵੇ ਨਾਲ ਅਕਸਰ ਗਾਲਾਂ ਵੀ ਕੱਢਦੇ ਹੁੰਦੇ। ਹਾਂ, ਕੋਈ ਬੰਦਾ ਗੱਲ ਕਰਨ ਦਾ ਪਿਆ ਹੋਵੇ ਨਾ, ਮਤਲਬ ਅਸੀਂ ਗੱਲ ਕਰੀਏ ਨਾ, ਤੇ ਐਸੇ ਮਕਾਮਾਤ ਆ ਜਾਂਦੇ ਨੇ ਵੀ ਅਰੇ ਯਾਰ ਤੂੰ ਇਹ ਡਰਾਈਵਰ, ਤੂੰ ਇੱਕ ਚੁੱਪ ਕਰੇਂ, ਇਹਨ ਕਰਕੇ ਸਾਨੂੰ ਚੁੱਪ ਕਰਾ ਦਿੱਤਾ। ਹਾਂ, ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਵਿੱਚ ਐਸਾ ਕੀ ਮਾਦਾ ਹੈ ਜਿਹਨੂੰ ਵੇਖ ਕੇ ਲੋਕ ਇਹ ਆਖਣ ਤੇ ਮਜਬੂਰ ਹੋ ਜਾਂਦੇ ਨੇ? ਯਾਰ ਕੋ ਜਿਹਨੇ ਵੀ ਨਿੱਕੇ ਨਿੱਕੇ ਜਦੋਂ ਆਉਂਦੇ ਐਸੇ ਨਾ, ਉਸ ਲਈ ਮਾਂ ਪਿਓ ਸਾਨੂੰ ਆਦਾ ਵੀ ਪੱਕੀ ਸੜਕ ਹੱਲ ਨਾ ਜਿਵੇਂ ਆ ਟਰਕਾਂ ਵਾਲੇ ਪਠਾਨ ਫੜ ਲੈਂਦੇ ਨੇ। ਸੁਣੀ ਹੋਈ ਗੱਲ ਜੀ? ਹਾਂ ਬਿਲਕੁਲ। ਇੰਨੇ ਆਦੇ ਆਣ ਵਾਲਦੇ ਨੇ, ਉਹ ਤਾਂ ਸਾਨੂੰ ਆਣ ਡਰਾਈਂਦੇ, ਆਪਣੀ ਤਸਵੀਰ ਆਪ ਖਰਾਬ ਕੀਤੀ ਹੋਈ ਕੁਝ ਵਿੱਚੋਂ ਡਰਾਈਵਰ, ਉਹ ਜਿਵੇਂ ਵੀ ਹੈ ਉਹ ਮੈਂ ਲੇਕਿਨ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਹਰ ਸ਼ੋਬੇ ਦੇ ਵਿੱਚ, ਹਰ ਮਹਿਕਮੇ ਦੇ ਵਿੱਚ ਚੰਗੇ ਬੰਦੇ ਵੀ ਹੁੰਦੇ ਨੇ, ਬੈੜੇ ਵੀ ਹੁੰਦੇ ਨੇ। ਅਤੇ ਬਾਕੀ ਇੰਝ ਹੋਇਆ, ਮੈਂ ਕਰੀ ਜਾਂਦਾ ਪਿਆ ਮੈਂ ਇਸਲਾਮਾਬਾਦ, ਅੱਛਾ ਬਲਕਿ ਮੁਜ਼ੱਫਰਾਬਾਦ, ਦੁੱਧ ਲੈ ਕੇ ਇੱਕ ਜਾ ਤਾਂ ਅਸੀਂ ਉਦੋਂ ਮੋਟਰਵੇ ਬੰਦ ਆ, ਮੋਟਰਵੇ 'ਤੇ ਸਾਨੂੰ ਨਵੀਂ ਗੱਡੀ ਮਮਨੂ ਵਾਕ ਰੋਡ 'ਤੇ ਕੋਟ ਹੁੰਦਾ ਪਿਆ ਦੁਬਾਰਾ ਸੜਕ 'ਤੇ ਰਿਪੇਅਰ, ਅਸੀਂ ਇਦੂ ਗਏ ਇਕੱਠੇ ਲੋ ਇੱਕ ਜਾ ਤਾਂ ਅਸੀਂ ਖਲੋਤੇ ਹਾਂ ਕਿਸੇ ਵਜ੍ਹਾ ਤੋਂ ਟਾਇਰ ਚੈੱਕ ਕਰਨ ਵਾਲੀ ਆ ਜਿਵੇਂ ਅਸੀਂ ਆਪਣੇ ਕੰਮ ਨੂੰ ਖਲੋਤੇ ਹਾਂ, ਬਾਲ ਨਿੱਕੇ ਨਿੱਕੇ ਖੇਡਦੇ ਵਧੇ ਹਨ ਅਤੇ ਅਸੀਂ ਜਿਵੇਂ ਲੱਥਿਆ ਨਾ ਬਾਲਾਂ ਤਾਂ ਟੀਟ ਰੱਖੀ ਫੱਜ ਗਏ ਦੱਸ, ਮੈਂ ਸੁਦਿੰਦਰ ਰਹਿ ਗਿਆ, ਮੈਂ ਯਾਰ ਚੰਗੇ ਬੱਲੇ ਬਾਲ ਖੇਡਦੇ ਪਏ ਹਨ, ਅਸੀਂ ਰੁਕੇ ਹਾਂ ਸਾਨੂੰ ਵੇਖ ਕੇ ਮਲ ਗਏ, ਮੈਨੂੰ ਬੜਾ ਅਫਸੋਸ ਹੋਇਆ ਵੀ ਉਹਨਾਂ ਦੀ ਖੇਡ ਵੀ ਵਿਗੜੀ ਅਤੇ ਇਹ ਕਿਉਂ ਫੱਜ ਗਿਆ। ਇੱਕ ਬਾਲ ਨੂੰ ਮੈਂ ਬੜਾ ਵਿਲਾਇਆ, ਮੈਂ ਸਿੱਧਾ ਮਖੌਰਾਂ ਨੂੰ ਯਾਰ ਕੀ ਬਣ, ਤੋ ਸਕੇ ਤੇਰੇ ਕੋਲ ਡਰ ਕੇ ਵਗ ਗਏ, ਡਰ ਕੇ ਮਲ ਗਏ ਵੀ ਇਹ ਗੱਡੀ ਵਾਲਾ ਕਿੱਥੇ ਖਲੋਤਾ। ਮੈਂ ਬੜੀ ਹੈਰਾਨ ਗਈ, ਮੈਂ ਯਾਰ ਇਹਨ ਕਿਉਂ ਸਾਡੇ ਕੋਲ ਡਰ ਕੇ ਇਹਨ ਕਿਉਂ ਮਲ ਗਏ, ਜਿਵੇਂ ਅੱਗੇ ਕਾਲੀ ਕਾਲੀ ਵਰਦੀ ਵਾਲੇ ਪੁਲਿਸ ਵਾਲੇ ਕੋਲ ਬੰਦੇ ਡਰਦੇ ਆਉਣ, ਮੈਂ ਕਿਹਾ ਇੰਨੀ ਤਰ੍ਹਾਂ ਬਾਹਰ ਮੇਰੇ ਕੋਲ ਇਹ ਇੰਨ ਨਹੀਂ ਆਉਣਾ ਚਾਹੀਦਾ। ਅੱਛਾ ਵੀ ਡਰਾਈਵਰ ਕੋਲ ਡਰ ਕੇ ਮਲ ਗਏ, ਕਿਉਂ ਡਰ ਕੇ ਮਲ ਗਏ? ਹੋ ਸਕਦਾ ਉਹਨਾਂ ਦੇ ਜ਼ਿਹਨ 'ਚ ਅਸੀਂ ਡਰਾਈਵਰ ਨੱਪ ਲੈਂਦੇ, ਨੱਪ ਲੈਂਦੇ ਜਾਂ ਬਾਲਾਂ ਨੂੰ ਲੈ ਕੇ ਅਗਵਾ ਕਰਕੇ ਵਗ ਜਾਂਦੇ, ਐਸਾ ਨਹੀਂ।